ਅੱਛਾ ਜੀ ਕਾਲ ਦੋਸਤੋ ਸਭ ਤੋਂ ਪਹਿਲਾਂ ਇਹਦਾ ਵਿਚਾਰ ਸੁਣ ਲਵੋ ਕਿਸਮਤ ਹੱਥ ਦੀਆਂ ਲਕੀਰਾਂ ਨਹੀਂ ਬਲਕਿ ਹੱਥ ਕਿਸਮਤ ਨੂੰ ਲਿਖਦੇ ਹਨ ਹਾਂਜੀ ਇਸ ਪੈਰੇ ਨੂੰ ਅਸੀਂ 80 ਦੀ ਸਪੀਡ ਤੇ ਡਿਕਟੇਟ ਕਰਾਂਗੇ ਹਾਂਜੀ ਸਟਾਰ ਪਿਛਲੇ ਕਈ ਵਰਿਆਂ ਤੋਂ ਆਮ ਭਾਰਤੀ ਲੋਕ ਅਤੇ ਖਾਸ ਕਰਕੇ ਪੰਜਾਬੀ ਨੌਜਵਾਨ ਤਬਕਾ ਕੈਨੇਡਾ ਜਾ ਕੇ ਪੈਸੇ ਕਮਾਉਣ ਲਈ ਬੜਾ ਉਤਸੁਕ ਰਹਿੰਦਾ ਹੈ ਡੰ ਹਰ ਨੌਜਵਾਨ ਦੂਰੋਂ ਦੂਰੋਂ ਸਭ ਸਭਾ ਵੇਖਦਾ ਹੈ ਅਤੇ ਕੈਨੇਡਾ ਜਾ ਕੇ ਡਲਰ ਕਮਾਉਣ ਦੀ ਲਲਸਾ ਰੱਖਦਾ ਹੈ। ਦੰਡ ਇਸ ਤਰ੍ਹਾਂ ਉਹ ਸੁਪਨਿਆਂ ਦਾ ਮਹਿਲ ਪਹਿਲੇ ਹੀ ਖੜਾ ਕਰ ਲੈਂਦਾ ਹੈ ਕਿ ਖੂਬ ਧਨ ਕਮਾ ਕੇ ਜਦੋਂ ਉਹ ਕੈਨੇਡਾ ਤੋਂ ਘਰ ਵਾਪਸ ਪਰਤੇਗਾ ਉਸ ਪਾਸ ਜ਼ਿੰਦਗੀ ਦੀਆਂ ਸਭ ਪ੍ਰਕਾਰ ਦੀਆਂ ਸਹੂਲਤਾਂ ਅਤੇ ਸੁੱਖ ਹੋਣਗੇ ਜਿਸ ਦਾ ਆਨੰਦ ਅਜੋਕਾ ਅਮੀਰ ਵਰਗ ਮਾਨ ਰਿਹਾ ਹੈ ਡੰਡ ਪਰ ਜੇ ਤੋ ਐਸਾ ਹਰ ਨੌਜਵਾਨ ਮੁਸ਼ਕਲਾਂ ਨਾਲ ਕੈਨੇਡਾ ਜਾਣ ਦਾ ਖਰਚ ਇਕੱਠਾ ਕਰਕੇ ਉੱਥੇ ਪਹੁੰਚਦਾ ਹੈ ਉਸ ਨੂੰ ਹਕੀਕਤ ਅਤੇ ਵਾਸਤਵਿਕਤਾ ਕੁਝ ਵੱਖਰੀ ਨਜ਼ਰ ਆਉਂਦੀ ਹੈ ਅਤੇ ਉਹਨਾਂ ਨੌਜਵਾਨਾਂ ਦੇ ਸੁਪਨੇ ਚੱਕਨਾ ਚੁਰ ਹੁੰਦਿਆ ਢੇਰ ਨਹੀਂ ਲੱਗਦੀ ਡੰਡੀ ਕੈਨੇਡਾ ਪੁੱਜਦਿਆ ਹੀ ਉਹਨਾਂ ਨੌਜਵਾਨ ਮਰਦ ਅਤੇ ਇਸਤਰੀਆਂ ਨੂੰ ਕੂੜੇ ਵਾਲੇ ਡਰਮ ਚੁੱਕੀ ਅਤੇ ਸਫਾਈ ਕਰਦਿਆ ਵੇਖ